ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਚਾਚਾ ਜੀ ਕੀ ਹਾਲ ਚਾਲ ਹੈ? ਠੀਕ ਠਾਕ ਜੀ, ਤੁਸੀਂ ਸੁਣਾਓ? ਅਲਹਮਦੁਲਿਲਾ। ਚਾਚਾ ਕੀ ਨਾਂ ਆਪਣਾ? ਮੇਰਾ ਨਾਮ ਮੁਸਤਫਾ ਹੈ। ਚਾਚਾ ਪਿੰਡ ਕਿਹੜਾ ਹੈ? ਪੀਲੋਵਾਲ। ਚਾਚਾ ਤੁਸੀਂ ਇਹ ਬੱਕਰੀਆਂ ਦਾ ਕਾਰੋਬਾਰ ਕਿੰਨੇ ਅਰਸੇ ਤੋਂ ਕਰਦੇ ਹੋਗੇ? ਤਕਰੀਬਨ 4 ਸਾਲ ਹੋ ਗਿਆ ਕਰਦਿਆਂ। 4 ਸਾਲ ਹੋ ਗਿਆ ਕਰਦਿਆਂ? ਹਾਂਜੀ। ਠੀਕ ਹੈ। ਅੱਛਾ, ਤੁਹਾਨੂੰ ਇੱਕ ਚੀਜ਼ ਪੁੱਛਾਂਗਾ, ਰੂਟੀਨ ਤੋਂ ਹਟ ਕੇ ਸਵਾਲ ਪੁੱਛਾਂਗਾ। ਕਿਸੇ ਨਵੇਂ ਬੰਦੇ ਨੇ ਕੰਮ ਕਰਨਾ ਹੋਏ, ਉਹਦੇ ਸਾਹਮਣੇ 3 ਕੰਮ ਹੋਣ, ਮੱਝਾਂ ਦਾ, ਗਾਵਾਂ ਦਾ, ਬੱਕਰੀਆਂ ਦਾ, ਜਾਂ ਇਸ ਤੋਂ ਇਲਾਵਾ ਵੀ, ਤੇ ਕਿਹਦਾ ਇੰਤਖਾਬ ਕਰਨਾ ਚਾਹੀਦਾ, ਬੱਕਰੀਆਂ ਦਾ, ਮੱਝਾਂ ਦਾ, ਜਾਂ ਗਾਵਾਂ ਦਾ? ਇਹ ਸਰਕਾਰ ਮੇਰੀ ਮੰਨਣ ਨਾ ਜੀ ਤੇ ਬੱਕਰੀਆਂ ਦਾ ਕਰਨ, ਮੱਝਾਂ ਦੇ ਕਿਉਂ? ਮੱਝਾਂ ਦਾ ਬੜਾ ਲੰਮਾ ਪੈਂਡਾ ਹੁੰਦਾ ਤੇ ਬੜੇ ਲੰਮਾ ਚੌੜਾ ਕੰਮ ਹੁੰਦਾ। ਠੀਕ ਹੈ। ਤੇ ਸ਼ਾਮੀ ਇਹ ਖਰਚਾ ਵੀ ਮੰਗਦੀਆਂ ਨੇ, ਸ਼ਾਮ ਸਿੱਧਾ 500,000 ਖਾਂਦੀਆਂ ਨੇ ਇਹਨਾਂ ਦਾ। ਇਹ ਇਹਨਾਂ ਦਾ ਟਾਈਮ ਟੇਬਲ ਹੋਵੇ, ਮਿਸਾਲ ਇਹ ਸਵੇਰੇ 3 ਵਜੇ ਜਾਂ 2 ਵਜੇ ਖੋਲਣੀਆਂ ਨੇ। ਠੀਕ ਹੈ। ਇਹਨਾਂ ਨੂੰ ਬਾਹਰ ਜ਼ਰੂਰੀ ਹੈ, ਬਾਹਰ ਮਿਸਾਲ ਪੱਠਾ ਕਿਹੜਾ ਮੁੱਲ ਲੈਣਾ ਹੁੰਦਾ? ਜੀ ਜੀ। ਇਹਨਾਂ ਵਾਸਤੇ ਕੋਈ ਮੁੱਲ ਨਹੀਂ ਲੈਣਾ ਹੁੰਦਾ, ਫ੍ਰੀ ਦਾ ਮਾਲ ਹੁੰਦਾ। ਠੀਕ ਹੈ। ਯਾਨੀ ਬਾਹਰੋਂ ਹੀ ਇਹਨਾਂ ਖਾ ਕੇ ਆ ਜਾਣਾ। ਕੋਈ ਇਹਨਾਂ ਵਾਸਤੇ ਤੂੜੀ ਨਹੀਂ ਲੈਣੀ ਪੈਂਦੀ, ਕੋਈ ਵੰਡਾ ਨਹੀਂ ਲੈਣਾ ਪੈਂਦਾ। ਠੀਕ ਹੈ। ਤੇ ਇਹ ਬਾਹਰੋਂ ਹੀ ਮਿਸਾਲੇ ਫੇਰ ਕੇ ਤੇ ਆ ਕੇ ਤੇ ਚੁੱਕ ਕੇ ਬਹਿ ਜਾਂਦੀਆਂ। ਠੀਕ ਹੈ। ਤੇ ਮੱਝਾਂ ਵਾਲਾ ਜਿਹੜਾ ਕੰਮ ਹੈ ਉਹ ਤੇ ਜੀਆਂ ਵਾਲਾ ਕੰਮ ਹੈ। ਠੀਕ ਹੈ। ਉਹਦੇ ਜ਼ਮੀਨ ਹੋਵੇ ਤੇ ਕੋਈ ਗੱਲ ਨਹੀਂ, ਜੇ ਜੀ ਸਾਰੇ ਸਰਿਆਣੇ ਹੋਣ ਤੇ ਇਹਨਾਂ 'ਚ ਵੀ ਫਾਇਦਾ, ਮੱਝਾਂ 'ਚ ਵੀ। ਠੀਕ ਹੈ। ਯਾਨੀ ਤੁਹਾਡਾ ਵੋਟ ਬੱਕਰੀਆਂ ਵੱਲ ਜਾਂਦਾ? ਤੇ ਤੁਸੀਂ ਕਿੰਨੀਆਂ ਬੱਕਰੀਆਂ 'ਚੋਂ ਕੰਮ ਸ਼ੁਰੂ ਕੀਤਾ ਸੀ? ਮੈਂ ਇਨਸ਼ਾਅੱਲਾ ਮੈਂ 4 ਬੱਕਰੀਆਂ ਲਈਆਂ ਹਨ, 1,00,000 ਰੁਪਏ ਦੀਆਂ ਇੱਕ ਹੁੰਡਾ ਲਿਆ ਸੀ। ਅੱਛਾ। ਤੇ 4 ਬੱਕਰੀਆਂ ਲਈਆਂ ਹਨ ਆਪਣੇ ਭਨੇਵੇ ਕੋਲੋਂ। ਅੱਛਾ। 1,00,000 ਰੁਪਇਆ ਉਹਨੂੰ ਦਿੱਤਾ ਸੀ। ਠੀਕ ਹੈ। ਤੇ ਮਾਸ਼ਾਅੱਲਾ ਹੁਣ ਮੇਰੇ ਕੋਲ 21 ਥਾਂ ਮਾਲ ਹੈ। ਠੀਕ ਹੈ। ਤੇ ਉਹਦੇ ਵਿੱਚ 2 ਮੈਂ ਵੇਚਣੀਆਂ ਹਨ। ਠੀਕ ਹੈ। ਤੇ ਪਿੱਛੇ 21 ਥਾਂ ਰਹਿ ਗਏ, ਯਾਨੀ 21 ਬੱਕਰੀਆਂ ਨਾਗ ਰਹਿ ਗਏ ਨੇ। ਜ਼ਬਰਦਸਤ। ਅੱਛਾ ਚਾਚਾ, ਸਾਡੇ ਇਲਾਕੇ 'ਚ ਜਾਂ ਓਵਰਆਲ ਕਿਹੜੀ ਨਸਲ ਤੁਸੀਂ ਸਮਝਦੇ ਹੋ ਬੱਕਰੀਆਂ ਦੀ ਰੱਖਣੀ, ਕਿਹੜੀ ਰੱਖਣੀ ਚਾਹੀਦੀ ਜਿਹ 'ਚ ਜ਼ਿਆਦਾ ਫਾਇਦਾ? ਇਹ ਸਾਡੀ ਜਿਹੜੀ ਜੂ ਹੈ ਨਾ ਜੀ ਜੀ, ਅਸਲੀ ਦੇਸੀ ਬੱਕਰੀ ਜਿਹੜੀ ਹੁੰਦੀ ਹੈ ਨਾ, ਉਹ ਥੱਲੇ ਮੂੰਹ ਨਹੀਂ ਲਾਉਂਦੇ। ਅੱਛਾ। ਉਹਦਾ ਕੰਮ ਹੈ ਬਸ ਪੱਤਰ ਹੀ ਖਾਣਾ। ਠੀਕ ਹੈ। ਤੇ ਉਹ ਹੀ ਖਾਂਦੀ ਹੈ ਪੱਤਰ ਹੀ। ਤੇ ਜਿਹੜੀ ਦਰਗੀ ਬੱਕਰੀ ਹੁੰਦੀ ਹੈ ਨਾ, ਇਹ ਮਾਸ਼ਾਅੱਲਾ ਇਹ ਸਹੀ ਸਾਡੇ ਏਰੀਏ 'ਚ ਉਹ ਸਹੀ ਰਹਿੰਦੀ ਹੈ। ਠੀਕ ਹੈ। ਦਰਗੀ ਹੁਣ ਇਹ 2 ਦਰਗੀਆਂ ਪੱਠਾਂ ਨੇ, ਮਿਸਾਲ ਇਹ ਅੱਛੀਆਂ ਨੇ। ਠੀਕ ਹੈ। ਤੇ ਹੁਣ ਬੱਚੀਆਂ ਨੇ ਤੇ ਹੁਣ ਬੰਨ ਲੱਗਣਗੀਆਂ ਤੇ ਫਿਰ ਪਤਾ ਲੱਗੇਗਾ ਵੀ ਕੀ ਇਹ ਬਣਦੀ। ਠੀਕ ਹੈ। ਉਸ ਦਿਨ ਇੱਕ ਬੱਕਰੀ ਸਾਲ 'ਚ ਕਿੰਨੇ ਬੱਚੇ ਦੇ ਛੱਡਦੀ ਹੈ? ਇਹ ਮਾਸ਼ਾਅੱਲਾ ਸਾਲ 'ਚ 2 ਵਾਰੀ ਸੁਣਦੀ। ਤੇ ਕਿੰਨੇ ਬੱਚੇ ਟੋਟਲ ਦੇ ਛੱਡਦੀ? ਟੋਟਲ 500 ਕੰਮ ਵੀ 2-2 ਵੀ ਦੇਵੇ ਤੇ ਫਿਰ ਵੀ 4 ਸਾਲ 'ਚ ਬੱਚੇ ਹੋ ਜਾਂਦੇ ਨੇ ਇੱਕ ਬੱਕਰੀ ਦੇ। ₹10,000 ਦਾ ਵੀ ਬੱਚਾ ਵੇਚਿਆ ਹੋਇਆ ਤਾਂ ਵੀ ₹40,000 ਬਚਦਾ ਸਾਲ 'ਚ ਫੀ ਬੱਕਰੀ ਸਾਲ 'ਚ ਬੱਕਰੀ ਬਚਾਉਂਦੀ। ਤੇ ਉਸ ਬੱਕਰੀ ਉੱਤੇ ਖਰਚ ਕਿੰਨਾ ਕੁ ਆਉਂਦਾ ਇੱਕ ਬੱਕਰੀ? ਕੋਈ ਖਰਚਾ ਨਹੀਂ ਉਹਦੇ ਤੇ, ਸਿਰਫ ਮਿਹਨਤ ਹੀ, ਉਹਨੂੰ ਸਿਰਫ ਬਾਹਰ ਲੈ ਕੇ ਜਾਓ ਜੰਗਲ ਮੇ। ਅੱਛਾ। ਤੇ ਕੋਈ ਖਰਚਾ ਨਹੀਂ ਉਹਦਾ, ਚਰਾਈ ਨਾਲ ਹੀ ਪਾਲਦੀ? ਚਰਾਈ ਨਾਲ ਹੀ ਪਾਲਦੀ ਹੈ। ਠੀਕ ਹੈ। ਘਰ ਆ ਕੇ ਜਿੱਥੇ ਇਹਨਾਂ ਨੂੰ ਰੱਖਦੇ ਹੋ ਉਹ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਫੀ ਬੱਕਰੀ ਕਿੰਨੀ ਕੁ ਜਗ੍ਹਾ ਹੋਣੀ ਚਾਹੀਦੀ ਹੈ? ਇਹਨਾਂ ਨੂੰ ਘਰ ਦੇ ਵਿੱਚ ਜਿਹੜੀ ਹੈ ਨਾ ਜਗ੍ਹਾ, ਮਿਸਾਲ ਆ ਮੇਰੇ ਘਰ ਦੇ ਤੇ ਮਾਸ਼ਾਅੱਲਾ ਠੀਕ ਹੈ, ਖੁੱਲੀ ਜਗ੍ਹਾ। ਠੀਕ ਹੈ। ਤੇ ਜੇ ਘਰ 'ਚ ਸਿਆਲ 'ਚ ਮੂਵਮੈਂਟ ਇਹਨਾਂ ਦੀ ਜਿਹੜੀ ਹੈ ਨਾ ਹੁੰਦਾ ਹੈ, ਮਿਸਾਲ ਮੂਵਮੈਂਟ 'ਚ ਇਹਨਾਂ ਨੂੰ ਗਰਮ ਚਾਹੀਦੀ ਹੈ ਸ਼ਾਇਦ। ਠੀਕ ਹੈ। ਤੇ ਮੈਂ ਤੇ ਮਾਸ਼ਾਅੱਲਾ ਬੜਾ ਇਹਨਾਂ ਦਾ ਬਣਾਉਣਾ ਸਿਸਟਮ। ਅੱਛਾ। ਬਾਲਣ ਸ਼ਾਲਣ ਇਕੱਠਾ ਕਰਕੇ ਆ ਜਿਹੜੇ ਬੱਚੇ ਨੇ ਮੈਂ ਅੱਗ ਲਾ ਕੇ। ਠੀਕ ਹੈ। ਤੇ ਬੱਚੇ ਜਿਹੜੇ ਆ ਸਾਈਡਾਂ ਦੇ ਬਹਿ ਰਹਿੰਦੇ ਆ, ਕਿਉਂਕਿ ਇਸ ਤਰ੍ਹਾਂ ਬੱਚੇ ਜਿਹੜੇ ਆ ਸਿਆਲ 'ਚ ਠੰਡ ਨਾਲ ਸਰਦੀ ਨਾਲ ਮਰ ਜਾਂਦੇ ਆ। ਠੀਕ ਹੈ। ਤੇ ਇਸ ਕਰਕੇ ਮੈਂ ਕੇਅਰ ਕਰਨਾ। ਠੀਕ ਹੈ। ਇਹ ਹੁਣ ਇਹ ਸਾਹਮਣੇ ਬੱਚੇ ਨੇ। ਹਾਂਜੀ ਹਾਂਜੀ। ਸਾਰੇ ਮੇਰੇ ਕੋਲ ਘਰ ਦੇ ਨੇ, ਸਾਰੇ ਘਰ ਦੇ ਨੇ ਬੱਚੇ। ਯਾਨੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸਰਦੀਆਂ 'ਚ ਬੱਚਿਆਂ ਦੀ ਕੇਅਰ ਵਾਸਤੇ ਸਰਦੀ ਤੋਂ ਬਚਣ ਦਾ ਕੋਈ ਨਾ ਕੋਈ ਇੰਤਜ਼ਾਮ ਕਰਨਾ ਚਾਹੀਦਾ? ਇੰਤਜ਼ਾਮ ਇਹ ਹੋਣਾ ਚਾਹੀਦਾ, ਮਿਸਾਲ ਇਹਨਾਂ ਨੂੰ ਖੁਸ਼ਕ ਜਗ੍ਹਾ ਚਾਹੀਦੀ ਹੈ, ਖੁਸ਼ਕ ਜਗ੍ਹਾ ਚਾਹੀਦੀ, ਗਰਮ ਚਾਹੀਦੀ ਹੈ ਮਿਸਾਲ। ਠੀਕ ਹੈ। ਤੇ ਤਾਂ ਇਹ ਬਚਦੇ ਨੇ।
ਔਰ ਸਿਆਲ ਜੀ ਠੰਡ ਨਾਲ ਤੇ ਨਜ਼ਲੇ ਨਾਲ ਮਰ ਜਾਂਦੇ ਨੇ ਜਾਂ ਸਰਦੀ ਨਾਲ ਮਰ ਜਾਂਦੇ ਨੇ। ਠੀਕ ਹੈ ਜੀ ਚਾਚਾ, ਦਰਗੀਆਂ ਤੋਂ ਇਲਾਵਾ ਕੋਈ ਸਿੰਧੀ ਬੱਕਰੀ ਵੀ ਰੱਖੀ ਜੀ? ਹਾਂ ਸਿੰਧੀ ਉਹ ਮੇਰੇ ਕੋਲ ਖਲੋਤੀ ਕਾਲੀ ਬੱਕਰੀ। ਸਿੰਧੀ ਦੀ ਕੀ ਖੂਬੀ ਹੈ ਦੂਸਰੀਆਂ ਬੱਕਰੀਆਂ ਤੋਂ? ਸਿੰਧੀ ਦਾ ਇਹ ਖੂਬੀ ਹੈ ਵੀ ਇਹਦੇ ਥੱਲੇ ਦੁੱਧ ਜ਼ਿਆਦਾ ਹੁੰਦਾ। ਅੱਛਾ। ਜਾਨਵਰ ਵੱਡਾ ਹੁੰਦਾ। ਠੀਕ ਹੈ। ਅਤੇ ਫਿਰ ਮਾਂ ਜਿਹੜੇ ਅੱਗੋਂ ਇਹਦੇ ਬੱਚੇ ਹੁੰਦੇ ਆ ਨਾ ਜੇ ਜੀ ਜੀ ਉਹ ਸਹੀ ਪਲ ਜਾਂਦੇ ਆ, ਮਿਸਾਲ 6-7 ਮਹੀਨਿਆਂ ਦਾ ਵੱਡਾ ਬੱਕਰਾ ਬਣ ਜਾਂਦਾ ਜਾਂ ਵੱਡੀ ਪੱਠ ਨਾਰੀ। ਅੱਛਾ। ਵੱਡੀ ਹੋ ਜਾਂਦੀ। ਠੀਕ ਹੈ, ਸਹੀ ਹੈ। ਇਹ ਮੇਰੇ ਕੋਲ ਸਾਹਮਣੇ ਲੈ ਲੈ, 8 ਮਹੀਨਿਆਂ ਦਾ ਲੈ ਲੈ। ਠੀਕ ਹੈ। ਇਹ ਉਹਦੀ ਮਾਂ ਲਾਲ ਹੋ ਗਈ ਹੈ ਤੇ ਸਿਰਫ ਦੁੱਧ ਨਾਲ ਪਲੇ ਨੇ। ਠੀਕ ਹੈ। ਅੱਛਾ ਚਾਚਾ, ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਤੁਹਾਨੂੰ ਕਿੰਨੀਆਂ ਕੁ ਬੱਕਰੀਆਂ ਤੋਂ ਸਟਾਰਟ ਲੈਣਾ ਚਾਹੀਦਾ? ਉਹ ਪਹਿਲੇ ਸਟਾਰਟ ਕੋਈ 5-6 ਬੱਕਰੀਆਂ ਲੈ ਲੈ, ਯਾਨੀ ਉਹ ਜੇ ਇਹ ਤਕਲੀਫ ਝੱਲ ਸਕਦਾ, ਬਾਹਰ ਫਿਰ ਤੁਰ ਸਕਦਾ ਤੇ ਜ਼ਿਆਦਾ ਕੰਮ ਨਾ ਸ਼ੁਰੂ ਕਰੇ 2-4 ਲੱਖ ਰੁਪਏ ਦਾ, ਨਹੀਂ ਉਹ 1-1.5 ਲੱਖ ਤੋਂ ਸ਼ੁਰੂ ਕਰ ਲੈ। ਠੀਕ ਹੈ। ਤੇ ਜੇ ਅਗਰ ਉਹਨੂੰ ਸਵਾਦ ਆਇਆ ਤੇ ਅੱਗੋਂ ਹੋਰ ਕਰੇ। ਠੀਕ ਹੈ। 20 ਬੱਕਰੀਆਂ ਤੇ ਕਿੰਨੇ ਕੁ ਬੰਦੇ ਚਾਹੀਦੇ ਹੁੰਦੇ ਨੇ? ਬੰਦਾ ਇਹਦੇ ਤੇ ਕਮ ਸੇ ਕਮ ਵੀ 2 ਬੰਦੇ ਤੇ 20-20 ਤੇ ਲਾਜ਼ਮੀ ਚਾਹੀਦੇ ਨੇ, ਕਿਉਂ ਇੱਕ ਜਿਹੜਾ ਬਾਹਰ ਫੇਰ ਕੇ ਆਉਂਦਾ ਨਾ ਉਹਦੇ ਕੋਲ ਫਿਰ ਸ਼ਾਮੀ ਘਰ ਆ ਕੇ ਨਹੀਂ ਇਹ ਕੰਮ ਹੁੰਦਾ। ਅਸਲ 'ਚ ਇਹਨਾਂ ਦੀ ਹਵੇਲੀ ਹੋਣੀ ਚਾਹੀਦੀ ਹੈ, ਵਾੜਾ ਹੋਣਾ ਚਾਹੀਦਾ। ਠੀਕ ਹੈ। ਮਿਸਾਲ ਜਿਹੜਾ ਬਾਹਰੋਂ ਆਉਣ ਤੇ ਅੰਦਰ ਕੁੰਡੀ ਮਾਰ ਛੜੇ ਅੰਦਰ ਵਾੜ ਕੇ। ਸਹੀ ਹੈ। ਜਗ੍ਹਾ ਤੁਸੀਂ ਆਉਂਦੇ ਹੋ ਫਿਰ ਸੁੱਕੀ ਹੋਣੀ ਚਾਹੀਦੀ ਹੈ? ਹਾਂ। ਜਗ੍ਹਾ ਸੁੱਕੀ ਰੱਖਣ ਵਾਸਤੇ ਕੀ ਇੰਤਜ਼ਾਮ ਕਰਨਾ ਚਾਹੀਦਾ? ਜਗ੍ਹਾ ਸੁੱਕੀ ਰੱਖਣ ਵਾਸਤੇ ਇਹ ਇੰਤਜ਼ਾਮ ਚਾਹੀਦਾ ਥੱਲੇ ਫਰਸ਼ ਲਾ ਲੇ ਜਾਂ ਇੱਟਾਂ ਦਾ ਲਾ ਲੇ। ਅੱਛਾ। ਤੇ ਅਗਰ ਇੱਟਾਂ ਦਾ ਨਹੀਂ ਲਾ ਸਕਦੇ, ਜੇ ਕੱਚਾ ਹੈ ਤੇ ਉਹਨੂੰ ਸਹੀ ਬਰਕਰੂਫ ਜਿਹੜੀ ਹੈ ਨਾ ਉਹਦੀ ਸਫਾਈ ਹੋਣੀ ਚਾਹੀਦੀ ਹੈ, ਬਿਲਕੁਲ ਸਹੀ ਤਰੀਕਾ ਹੋਣਾ ਚਾਹੀਦਾ ਉਹਦਾ। ਅੱਛਾ। ਤੇ ਉਹਨੂੰ ਡੇਲੀ ਜਾਣਾ ਨਾ ਸਾਹ ਸੁੱਟ ਕੇ ਮਿਸਾਲ ਹੈ ਤੇ ਸਾਫ਼ ਕਰਨਾ ਚਾਹੀਦਾ ਸੋਹਣਾ ਵਾਲਾ। ਤੇ ਮਾਸ਼ਾਅੱਲਾ ਖੈਰ ਹੀ ਹੈ, ਇਹਦੇ ਚ ਬੜਾ ਅੱਲਾ ਦੀ ਰਹਿਮਤ ਹੈ ਸਾਡੇ ਨਬੀਆਂ ਦੀ, ਮਤਲਬ ਸੁਨਤ ਹੈ। ਠੀਕ ਹੈ। ਤੇ ਬੜਾ ਇਹਦੇ ਚ ਮੁਨਾਫਾ ਹੀ ਮੁਨਾਫਾ, ਘਾਟਾ ਕੋਈ ਨਹੀਂ ਅਗਰ ਬੰਦਾ ਬੇਈਮਾਨ ਨਾ ਹੋਵੇ ਤੇ। ਬੇਈਮਾਨ ਨਾ, ਬੜੀ ਗੱਲ ਹੈ ਇਹ ਜਿਹੜਾ ਇਹਲਾਸ ਹੈ ਬੜੀ ਜ਼ਰੂਰੀ ਹੈ। ਤੇ ਖੈਰ ਇਹਦੇ ਚ ਬੜਾ ਕੁਝ। 20 ਬੱਕਰੀਆਂ ਚੋਂ ਸਾਲ ਚ ਕਿੰਨੇ ਕੁ ਬੱਚੇ ਮਿਲ ਜਾਂਦੇ ਨੇ ਜਾਂ ਕਿੰਨੀ ਕੁ ਬਚਤ ਹੋ ਜਾਂਦੀ? 20 ਬੱਕਰੀਆਂ ਜੀ ਸਾਲ ਚ ਜੀ, ਉਹ ਤੇ ਮਾਸ਼ਾਅੱਲਾ ਦੂਰ ਟੁਰ ਜਾਂਦੀ। ਦੂਰ ਟੁਰ ਜਾਂਦੀ? ਕਿੰਨੇ ਕੁ ਬੱਚੇ ਨਿਕਲ ਆਉਂਦੇ ਨੇ ਉਹਦੇ ਚ? ਕਮ ਸੋ ਕਮ ਵੀ 20 ਤੋਂ ਕਮ ਸੋ ਕਮ ਵੀ 40 ਬੱਚੇ ਨਿਕਲ ਆਉਂਦੇ ਆ। ਠੀਕ ਹੈ। 20 ਬੱਕਰੀਆਂ ਚ ਕਿੰਨੇ ਨਾਰ ਹੋਣੇ ਚਾਹੀਦੇ ਨੇ? 20 ਬੱਕਰੀਆਂ ਚ ਕਮ ਸੋ ਕਮ 3 ਨਾਰ 4 ਜ਼ਰੂਰ ਹੋਣੇ ਚਾਹੀਦੇ। ਅੱਛਾ। ਕਿਉਂਕਿ ਕੋਈ ਮੱਠਾ ਹੋ ਜਾਂਦਾ ਹੈ, ਫਿਰ ਉਹ ਮਿਸਾਲ ਉਹ ਨਹੀਂ ਕਰਦਾ, ਦੂਸਰਾ ਕਰ ਲੈਂਦਾ। ਨਰ ਉਸੇ ਨਸਲ ਦਾ ਹੋਣਾ ਚਾਹੀਦਾ ਜਾਂ ਨਰ ਕੋਈ ਹੋਰ ਨਸਲ ਅੱਛੀ ਦਾ ਰੱਖਣਾ ਚਾਹੀਦਾ? ਉਹ ਨਰ ਜਿਹੜਾ ਅਗਰ ਬੰਦੇ ਕਾਰੀਗਰ ਹੈ ਨਾ ਮਿਸਾਲ ਜੇ ਉਹਨੂੰ ਸ਼ੌਕ ਹੈ ਬੱਕਰੀਆਂ ਦਾ ਜੀ, ਤੇ ਉਹ ਫਿਰ ਉਹ ਆਪੀ ਨਸਲ ਜਿਹੜੀ ਹੈ ਨਾ ਉਹ ਬਦਲੀ ਪਿਆ ਕਰਦਾ। ਠੀਕ ਹੈ। ਸਮਝ ਰਹੇ ਹੋ? ਸਹੀ ਹੈ। ਜਾਂ ਹੁਣ ਮੇਰੇ ਕੋਲ ਮੈਂ ਅੱਗੇ ਆ ਤੋਂ ਅੱਗੇ ਹੁਣ ਅਗਲੇ ਸਾਲ ਇਨਸ਼ਾਅੱਲਾ ਬਦਲੀ ਕਰ ਦੇਣੀ। ਠੀਕ ਹੈ। ਹਾਂ ਸਹੀ ਹੋ ਗਿਆ। ਅੱਛਾ ਅੰਕਲ ਜੀ, ਇਹ ਦੱਸਿਓ ਕਿ ਤੁਸੀਂ ਕਿਹਾ ਕਿ ਤੁਸੀਂ ਬੱਕਰੀਆਂ ਨੂੰ ਚਰਾਈ 'ਤੇ ਰੱਖਦੇ ਹੋ, ਲੇਕਿਨ ਬਾਜ਼ ਔਕਾਤ ਬਾਰਿਸ਼ ਜ਼ਿਆਦਾ ਹੁੰਦੀ ਹੈ, ਬਾਹਰ ਜਿਹੜਾ ਨਾ ਕਿ ਜਗ੍ਹਾ ਨਹੀਂ ਮਿਲਦੀ, ਨਹੀਂ ਮਿਲਦੀ, ਉਦੋਂ ਕੀ ਕਰਦੇ ਹੋ? ਉਦੋਂ ਇਹਨਾਂ ਨੂੰ ਇਹ ਕਰੀਦਾ ਵੀ ਉਹਨੂੰ ਦਾਣਾ ਜਿਹੜਾ ਨਾ ਉਹ ਪਾਈਦਾ, ਯਾਨੀ ਕਣਕ ਲਾ ਲਓ, ਚਣਾ ਲਾ ਲਓ, ਜੌਂ ਲਾ ਲਓ, ਫਿਰ ਅੱਧਾ ਅੱਧਾ ਕਿਲੋ ਹਰ ਬੱਕਰੀ ਖਾ ਲਵੇ ਨਾ, ਅਤੇ ਉਹ ਰਾਤ ਜਿਹੜੀ ਹੈ ਨਾ ਉਹਦੀ ਬੜੀ ਸਕੂਨ ਦੀ ਨਿਕਲ ਜਾਂਦੀ ਹੈ, ਯਾਨੀ ਉਗਾਲੀ ਪਈ ਕਰਦੀ ਹੈ। ਇਹ ਜਿਹੜਾ ਤੁਸੀਂ ਕਿਹਾ ਕਿ ਦਾਣੇ ਵਗੈਰਾ ਜਾਂ ਚਣੇ ਪਾਉਂਦੇ ਹੋ, ਇਹ ਕਿਸ ਤਰ੍ਹਾਂ ਉਹਨੂੰ ਇਸਤੇਮਾਲ ਕਰਾਂਦੇ ਹੋ? ਇਸੇ ਤਰ੍ਹਾਂ ਯਾਨੀ ਖੁਰਲੀਆਂ ਨੇ, ਖੁਰਲੀਆਂ ਦੇ ਵਿੱਚ ਸੁੱਟ ਦਿਓ ਤੁਸੀਂ, ਜਾਨਵਰ ਉੱਤੇ ਲਾ ਦਿਓ,
ਸਬਜ਼ ਚਾਰਾ ਕੋਈ ਨਹੀਂ ਪਾਉਂਦੇ ਫਿਰ ਜੀ ਸੁੱਕਾ ਹੀ ਨਹੀਂ ਜੇ ਅਗਰ ਦਾਣਾ ਪਾਣਾ ਤੇ ਸਬਜ਼ ਚਾਰਾ ਨਹੀਂ ਪਾਣਾ ਕਿਉਂ ਸਬਜ਼ ਚਾਰੇ ਜਿਹਨਾਂ ਦਾ ਪੇਟ ਖਰਾਬ ਹੋ ਜਾਂਦਾ ਠੀਕ ਹੈ ਅਗਰ ਦਾਣਾ ਖਾਣ ਨਾ ਤੇ ਫਿਰ ਪੇਟ ਇਹਨਾਂ ਦਾ ਖਰਾਬ ਫਿਰ ਸਿਰਫ ਦਾਣੇ ਪਾਣੇ ਤੂੜੀ ਨਾਲ ਪਾਈ ਜਾ ਸਕਦੀ ਹਾਂ ਤੂੜੀ ਪਾ ਲਓ ਕਿੰਨੀ ਕੁ ਤੂੜੀ ਖਾ ਜਾਂਦੀਆਂ ਨੇ ਮਸਾਲੇ ਤੂੜੀ ਇਹਨੇ ਕਿੰਨੀ ਖਾਣੀ ਇੱਕ ਸੇਰ ਤੂੜੀ ਹੋਵੇ ਅੱਧਾ ਕਿਲੋ ਦਾਣਾ ਹੋਵੇ ਅੱਧਾ ਕਿਲੋ ਚੋਕਰ ਹੋਵੇ ਬੇਬਾ ਸਮਾਨ ਹੋ ਜਾਂਦਾ ਬੱਕਰੀ ਵਾਸਤੇ ਬੱਕਰੀਆਂ ਵਾਸਤੇ ਪੱਕੀ ਖੁਰਲੀ ਸਹੀ ਰਹਿੰਦੀ ਕਿ ਲੱਕੜੀ ਵਾਲੀ ਉਹ ਤਾਂ ਆਪਣੇ ਮੁਤਾਸਰ ਹੈ ਅਗਰ ਜੇ ਪੱਕੀ ਦਾ ਕੋਈ ਤੇਰੇ 'ਚ ਫੁਰਸ਼ਤ ਹੈ ਤਾਂ ਪੱਕੀ ਬਿਹਤਰੀਨ ਕਰਕੇ ਸੋਹਣੀ ਵਾਲੀ ਕਰਕੇ ਮਸਾਲੇ ਉਹਦੇ 'ਤੇ ਉਂਝ ਤਾਂ ਮੈਂ ਤਾਂ ਲੱਕੜੀਆਂ ਲਵਾ ਲਵਾ ਕੇ ਥੱਕ ਗਿਆ ਉਹ 5,000 ਰੁਪਇਆ ਖਰਚਾ ਕੀਤਾ ਸੀ ਦੋ ਤਿੰਨ ਅੰਦਰ ਰੁਪਈਆ ਨੇ ਦੋ ਤਿੰਨ ਬਾਹਰ ਨੇ ਅਤੇ ਇਹਨਾਂ ਵਾਸਤੇ ਲਿਆਉਂਦੀਆਂ ਨੇ ਇਹ ਅੱਗੂ ਕੰਮ ਦਿੰਦੀਆਂ ਨੇ ਮਸਾਲੇ ਜਦੋਂ ਕਣਕ ਨਹੀਂ ਬੀਜੀ ਦੀ ਗੋਰੀ 'ਚ ਉਦੋਂ ਮਾਲ ਜਿਹੜਾ ਨਾ ਬਾਹਰ ਸਟੋਪ ਹੋ ਜਾਂਦਾ ਨਹੀਂ ਖੁੱਲ੍ਹਦਾ ਦੋ ਮਹੀਨੇ ਨਹੀਂ ਖੁੱਲ੍ਹਦਾ ਠੀਕ ਹੈ ਅਤੇ ਉਦੋਂ ਮਸਾਲੇ ਫਿਰ ਜਾਂ ਸਟਾਲਾ ਜਿਹੜਾ ਚਾਰਾ ਜਿਹੜਾ ਸਭ ਚਾਰਾ ਜਿਹੜਾ ਉਹ ਇਹਨਾਂ ਨੂੰ ਪਾ ਲਓ ਠੀਕ ਹੈ ਨਹੀਂ ਤਾਂ ਦੂਸਰਾ ਸੁੱਕਾ ਚਾਰਾ ਤੁਹਾਡੇ ਖਿਆਲ 'ਚ ਬਿਹਤਰ ਪੱਕੀ ਰਹਿੰਦੀ ਕਿ ਲੱਕੜੀ ਦੀ ਨਹੀਂ ਮੇਰੇ ਤਾਂ ਖਿਆਲ ਨਾਲ ਇਹ ਲੱਕੜੀ ਦੀਆਂ ਸਹੀ ਰਹਿੰਦੀਆਂ ਨੇ ਕਿਉਂ ਪੱਕੀ ਦੇ ਵਿੱਚ ਇਹ ਦੌੜ ਕੇ ਛਾਲਾਂ ਮਾਰ ਕੇ ਅੰਦਰ ਵੜ ਜਾਂਦੇ ਨੇ ਅੱਛਾ ਸਰ ਇਹ ਦੱਸੋ ਕਿ ਤੁਸੀਂ ਇਹਨਾਂ ਨੂੰ ਜ਼ਿਆਦਾ ਬਾਹਰ ਖੜਦੇ ਹੋ ਚਰਾਈ ਕਰਾਉਂਦੇ ਹੋ ਅਗਰ ਕੋਈ ਬੰਦਾ ਬੱਕਰੀਆਂ ਰੱਖਦਾ ਉਹਦੇ ਕੋਲ ਚਰਾਈ ਵਾਸਤੇ ਜਿਹੜੀ ਇਹਨਾਂ ਜ਼ਮੀਨ ਅਵੇਲੇਬਲ ਨਹੀਂ ਹੈ ਉਹ ਤੂੜੀ ਤੇ ਜਾਂ ਦਾਲ ਚਣੇ ਵਗੈਰਾ ਤੇ ਉਹਨਾਂ ਨੂੰ ਪਾਲ ਸਕਦਾ ਸਰ ਜੀ ਇਹ ਦੇਖੋ ਜੇ ਅਗਰ ਉਸ ਬੰਦੇ ਕੋਲ ਜਗ੍ਹਾ ਨਹੀਂ ਨਾ ਮੇਰੀ ਕਿਹੜੀ ਆਪਣੀ ਹੈ ਸਾਰੀ ਜਗ੍ਹਾ ਕੋਈ ਮੇਰੇ ਥਾਂ ਦੇ ਵਿੱਚ ਚਲੇ ਜਾਂਦੀ ਮਸਾਲੇ ਹੁਣ ਮੌਸਮ ਮੁੰਜੀ ਲੱਗਦੀ ਹੈ ਇਹਨਾਂ ਥਾਵਾਂ ਦੇ ਵਿੱਚ ਚਲੀਆਂ ਜਾਣ ਕਿਸੇ ਨੂੰ ਕੋਈ ਵੀ ਨਹੀਂ ਰੋਕਦਾ ਅਤੇ ਅਗਰ ਉਹ ਨਹੀਂ ਕਰ ਸਕਦਾ ਬੰਦਾ ਜੇ ਉਹ ਖਰਚਾ ਉਹ ਡੇਲੀ ਫਿਰ ਬਰਦਾਸ਼ਤ ਨਹੀਂ ਹੁੰਦਾ ਨਾ ਖਰਚਾ ਕਿੱਥੋਂ ਤੂੜੀ ਦਾਣਾ ਇੰਨਾ ਖਰਚਾ ਲੈ ਤੇ ਗਾਉਂ ਅਗਰ ਕਰ ਸਕਦਾ ਜ਼ਿਆਦਾ ਬਿਜ਼ਨਸ ਕਰਨੀ ਹੈ ਤਾਂ ਫਿਰ ਉਹ ਤੂੜੀ ਦਾ ਇੰਤਜ਼ਾਮ ਕਰ ਲਏ ਅਤੇ ਤੂੜੀ 'ਤੇ ਵੀ ਪਲ ਜਾਂਦੀ ਹੈ ਸਾਰਾ ਸਾਲ ਪਲ ਜਾਂਦੀ ਹੈ ਹਾਂ ਪਲ ਜਾਂਦੀ ਹੈ ਅੱਛਾ ਇਹ ਦੱਸਿਓ ਕਿ ਤੁਸੀਂ ਬੱਕਰੀਆਂ ਦੇ ਜਿਹੜੇ ਬੱਚੇ ਨੇ ਬਸ ਉਹੀ ਸੇਲ ਕਰਦੇ ਹੋ ਕਿ ਇਹਨਾਂ ਦਾ ਦੁੱਧ ਵੀ ਸੇਲ ਕਰਦੇ ਹੋ ਨਹੀਂ ਮਾਸ਼ਾਅੱਲਾ ਜੇ ਅਗਰ ਦੁੱਧ ਜ਼ਿਆਦਾ ਹੋਵੇ ਤਾਂ ਦੁੱਧ ਬੱਕਰੀ ਦਾ ਕਿੱਥੋਂ ਲੱਭਦਾ ਜੇ ਦੁੱਧ ਦੁੱਧ ਸੇਲ ਵੀ ਹੋ ਸਕਦਾ ਅਤੇ ਜੇ ਬੱਚੇ ਜ਼ਿਆਦਾ ਹੋਣ ਤਾਂ ਫਿਰ ਬੱਚੇ ਅਸੀਂ ਜਿਹੜੇ ਇਹਨਾਂ ਜ਼ਿਆਦਾ ਸੇਲ ਕਰਾਂਗੇ ਕਿਉਂਕਿ ਇਸ ਤੋਂ ਪਹਿਲੇ ਮੈਂ ਇੱਕ ਵੀਡੀਓ ਬਣਾਈਏ ਅਤੇ ਉਹ ਬਜ਼ੁਰਗਾਂ ਕਿਹਾ ਸੀ ਕਿ ਅਸੀਂ ਜਿਹੜਾ ਨਾ ਬੱਕਰੀਆਂ ਦਾ ਦੁੱਧ ਵੀ ਸੇਲ ਕਰਨੇ ਆ ਯਾਨੀ ਸਾਡੇ ਏਰੀਏ 'ਚ ਸਿਆਲਕੋਟ ਦੇ ਏਰੀਏ 'ਚ ਇੱਥੋਂ ਤਲਾਅ ਧੂਰਾਂ ਉਰਾਂ ਕੋਈ ਬੰਦਾ ਨਹੀਂ ਸੇਲ ਕਰਦਾ ਇਸ ਤੋਂ ਪਰਾਂ ਯਾਨੀ ਇੱਧਰ ਹੈਡ ਮਨਾਲੇ ਵਾਲੀ ਸਾਈਡ 'ਤੇ ਉਹ ਬੇਲੇ ਵਾਲੀ ਸਾਈਡ 'ਤੇ ਜਿਹੜੇ ਨੇ ਨਾ ਲੋਕ ਉਹ ਸੇਲ ਕਰਦੇ ਨੇ ਠੀਕ ਹੈ ਅੱਛਾ ਤੁਸੀਂ ਇਹਨਾਂ ਦੀ ਆਪਣੀ ਬੱਕਰੀ ਦੀ ਡੇਲੀ ਰੂਟੀਨ ਕੀ ਰੱਖੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਡੇਲੀ ਰੂਟੀਨ ਹੈ ਜਦੋਂ ਜ਼ਾਨ ਹੋਣੀ ਹੈ ਨਾ ਪੇਸ਼ੀ ਦੀ ਠੀਕ ਹੈ ਉਦੋਂ ਬਾਹਰ ਖੋਲ੍ਹ ਲੈਣੀ ਆ ਠੀਕ ਹੈ ਫਿਰ ਇਸ ਤੋਂ ਬਾਅਦ ਸ਼ਾਮ ਸਿੱਧਾ ਨਾ ਠੀਕ ਹੈ ਇਹਨਾਂ ਮਸਾਲ ਚੌਕ ਕੇ ਪੇਟ ਪਾ ਪੂਜਾ ਕਰਕੇ ਸ਼ਾਮੀ ਇਹਨਾਂ ਨੂੰ ਫਿਰ ਵਾਪਸ ਲੈ ਆਵੇਗਾ ਉਸ ਤੋਂ ਬਾਅਦ ਕੁਛ ਨਹੀਂ ਉਸ ਤੋਂ ਬਾਅਦ ਕੁਛ ਹੈ ਨਹੀਂ ਠੀਕ ਹੈ ਮੈਂ ਤੁਹਾਡੇ ਕੋਲੋਂ ਕਾਫੀ ਸਾਰੀ ਗੱਲਾਂ ਪੁੱਛੀਆਂ ਨੇ ਕੋਈ ਐਸੀ ਗੱਲ ਜਿਹੜੀ ਬੱਕਰੀ ਪਾਲ ਹਜ਼ਰਾਤ ਵਾਸਤੇ ਜ਼ਰੂਰੀ ਹੈ ਜਿਹੜੀ ਮੈਂ ਨਹੀਂ ਪੁੱਛੀ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ ਬੱਕਰੀ ਜਿਹੜੀ ਮੇਰੀ ਗੱਲ ਸੁਣੋ ਮੇਰੀ ਬੇਵਕੂਫੀ ਨਾਲ ਦੋ ਬੱਕਰੀਆਂ ਲਾਲ ਹੋਈਆਂ ਨੇ ਠੀਕ ਹੈ ਬੜੀਆਂ ਚੰਗੀਆਂ ਬੱਕਰੀਆਂ ਅੱਛਾ ਇਹ ਅਸਲ 'ਚ ਵਿਸਾਖ ਚੜ੍ਹਦੇ ਆ ਨਾ ਇਹਨਾਂ ਨੂੰ ਤੇਲ ਦੇਣਾ ਚਾਹੀਦਾ ਸਰੋਂ ਦਾ ਠੀਕ ਹੈ ਤਾਂ ਕਿ ਇਹਨਾਂ ਦਾ ਪੇਟ 'ਚ ਗੈਸ ਨਾ ਹੋਵੇ ਇਹਨਾਂ ਨੂੰ ਵੱਟ ਨਾ ਪਵੇ ਠੀਕ ਹੈ ਇਹ ਜੂੰ ਜੂੰ ਕੰਮ ਬੰਦਾ ਕੰਮ ਰੱਖੇ ਅਤੇ ਜੂੰ ਜੂੰ ਪਤਾ ਪਿਆ ਲੱਗਦਾ ਠੀਕ ਹੈ ਅੱਛਾ ਵਿਸਾਖ ਕਿਹੜਾ ਮਹੀਨਾ ਬਣਦਾ ਵਿਸਾਖ ਜੀ ਜੂੰ ਜੂੰ ਕਣਕਾਂ ਜੂੰ ਲਾਲ ਹੁੰਦੀਆਂ ਨੇ ਉਦੋਂ ਵਿਸਾਖ ਚੜ੍ਹੇ ਯਾਨੀ ਉਹਨੂੰ ਤੇਲ ਦੇਣਾ ਚਾਹੀਦਾ ਚੜ੍ਹੇ ਵਿਸਾਖ ਤੇਲ ਦੇ ਹਨ ਕਿੰਨਾ ਕਿਤੇ ਔਰ ਕਿਸ ਤਰ੍ਹਾਂ ਦੇਣਾ ਚਾਹੀਦਾ ਹਰ ਬੱਕਰੀ ਨੂੰ ਅੱਧਾ ਕਿਲੋ ਤੇਲ ਜਿਹੜਾ ਨਾ ਲਾਜ਼ਮੀ
ਇੱਕ ਵਾਰੀ ਅੱਧਾ ਕਿਲੋ ਦੇ ਛੱਡਿਆ ਜਾਂ ਦੋ ਤਿੰਨ ਦਿਨ? ਦੋ ਦਫਾ, ਦੋ ਦਫਾ ਪਾਪਾ ਕਰਕੇ, ਪਾਪਾ ਕਰਕੇ। ਤੇ ਕਿੰਨੀ ਕੁ ਦਿਨ ਦੇਣਾ ਚਾਹੀਦਾ? ਇਹ ਦੋ ਤਿੰਨਾਂ ਕੁ ਦਿਨਾਂ, ਚੌਂ ਦਿਨਾਂ ਤੱਕ ਖਤਮ ਕਰੋ, ਕਰ ਦਿਓ। ਠੀਕ ਹੈ, ਜ਼ਬਰਦਸਤ ਜੀ। ਅੱਛਾ ਅੰਕਲ ਜੀ, ਇਹ ਦੱਸਿਓ ਕਿ ਜਦੋਂ ਬਹੁਤ ਲੋਕਾਂ ਤੁਹਾਡੀ ਵੀਡੀਓ ਵੇਖਣੀ ਹੈ ਅਤੇ ਕੁਛ ਹੁੰਦੇ ਨੇ ਕਿ ਜਿਹੜੇ ਇਹ ਬੱਕਰੀਆਂ ਦੇ ਬੱਚੇ ਲੈਣਾ ਚਾਹੁੰਦੇ ਨੇ, ਅਤੇ ਤੁਸੀਂ ਬੱਚੇ ਜੇ ਸੇਲ ਕਰਨੇ ਨੇ ਅਤੇ ਤੁਹਾਡੇ ਨਾਲ ਕਿੰਝ ਰਾਬਤਾ ਕਰਨ? ਇਨਸ਼ਾਅੱਲਾ ਅਸੀਂ ਨੰਬਰ ਦੇ ਦਿੰਦੇ ਹਾਂ ਅਤੇ ਸਾਡੇ ਨਾਲ ਰਾਬਤਾ ਕਾਇਮ ਕਰ ਲੈਣਾ। ਸਾਡੇ ਕੋਲ ਮਾਸ਼ਾਅੱਲਾ ਡੱਬੀਆਂ 'ਚੋਂ ਵੀ ਨਸਲ ਹੈ। ਠੀਕ ਹੈ, ਉਹ ਇੱਥੇ ਉਹ ਉੱਧਰ ਲੈ ਲਈ, ਉਹ ਤਰਾਕ ਲਿਆ, ਉਹ ਡੱਬੀਆਂ 'ਚੋਂ ਵੀ ਨਸਲ ਹੈ, ਐਮੋਨੀਆ 'ਚੋਂ ਵੀ ਨਸਲ ਹੈ। ਠੀਕ ਹੈ, ਅਤੇ ਮਾਸ਼ਾਅੱਲਾ ਸਿੰਧੀ ਵੀ ਸਾਡੇ ਕੋਲ ਹੈ। ਠੀਕ ਹੈ, ਅਤੇ ਇਹ ਦੇਸੀ ਪੱਠ ਵੀ ਸਾਡੇ ਕੋਲ, ਇਹਦਾ ਪੱਠਾ ਖਰਾਬ ਹੈ ਜਮਾਂ, ਅਤੇ ਇਹ ਇੱਕ ਸਾਡੇ ਕੋਲ ਮੁੰਦਰੀ ਹੈ। ਠੀਕ ਹੈ, ਇਹ ਅਸੀਂ ਇਹ ਜਾਨਵਰ ਵਿਖਾ ਦਿੰਦੇ ਹਾਂ ਵੀਡੀਓ ਵਿੱਚ, ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ। ਹਾਂ, ਮੋਬਾਈਲ ਨੰਬਰ ਦੇ ਜੀ, ਮੇਰੇ ਵਾਲਦ ਸਾਹਿਬ ਦਾ ਨੰਬਰ 0323 78 56 937। ਠੀਕ ਹੈ, ਪਿੰਡ ਦਾ ਐਡਰੈਸ ਵੀ ਸਮਝਾ ਦਿਓ, ਪਿੰਡ ਪੀਲੋਵਾਲ। ਠੀਕ ਹੈ, 78 56 937। ਠੀਕ ਜੀ, ਬੜੀ ਮਿਹਰਬਾਨੀ ਭਾਈ ਜਾਨ, ਅੱਲਾ ਹਾਫਿਜ਼।